ਸਾਡਾ ਇੱਕ ਬਹੁਤ ਅੱਛਾ ਸਾਥੀ ਸੀਗਾ ਫਿਲਮ ਦੇ ਵਿੱਚ ਮੇਕਅਪ ਮੈਂ ਮੇਰੇ ਨਾਲ ਬਹੁਤ ਸਾਂਝ ਪਈ ਉਹਨਾਂ ਦੀ ਤੇ ਉਹਨੇ ਮੇਰੇ ਬੁੱਲ ਬਹੁਤ ਫਟ ਜਾਂਦੇ ਸੀ ਉੱਥੇ ਠੰਡ ਬਹੁਤ ਪੈ ਰਹੀ ਸੀ ਉਹਨੇ ਮੈਨੂੰ ਇੱਕ ਅਲੱਗ ਲਿਪ ਬਾਮ ਦਿੱਤਾ ਕਹਿੰਦਾ ਇਹ ਲਾਗਾ ਲੈ ਕਰੋ ਮੈਂ 3 ਦਿਨਾਂ ਲਈ ਘਰੇ ਗਿਆ ਸੀ ਛੁੱਟੀ ਦੇ ਉੱਤੇ ਮੈਂ 3 ਦਿਨਾਂ ਬਾਅਦ ਕੈਲਗਰੀ ਆਉਣਾ ਸੀ ਉਹਨੂੰ 3 ਦਿਨਾਂ ਦੇ ਵਿੱਚ ਹੀ ਉਹ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਉੱਥੋਂ ਚਲਾ ਗਿਆ ਅਚਾਨਕ ਉਹਨੂੰ ਅਟੈਕ ਆਇਆ ਸੋ ਪਤਾ ਨਹੀਂ ਲੱਗਦਾ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ ਮੈਂ ਆਪਣੇ ਵੱਲੋਂ ਆਪਣਾ ਸਾਰਾ ਕੰਮ ਉਸ ਮੇਕਅਪ ਆਰਟਿਸਟ ਨੂੰ ਸਮਰਪਿਤ ਕਰਦਾ ਇਹ ਫਿਲਮ ਦਾ ਕਿ ਉਹਨੇ ਮੈਨੂੰ ਬਹੁਤ ਖੁਸ਼ੀਆਂ ਦਿੱਤੀਆਂ ਮੇਰਾ ਬਹੁਤ ਜੀ ਲਵਾਉਂਦਾ ਸੀ ਸੋ ਜ਼ਿੰਦਗੀ ਬਹੁਤ ਛੋਟੀ ਹੈ ਜੇ ਕਿਸੇ ਨਾਲ ਗਿਲੇ ਸ਼ਿਕਵੇ ਨੇ ਅਸੀਂ ਕਿਸੇ ਦਾ ਦਿਲ ਦੁਖਾਇਆ ਮੈਂ ਇੱਥੋਂ ਮਾਫ਼ੀ ਮੰਗਦਾ ਜੇ ਤੁਸੀਂ ਕਿਸੇ ਦਾ ਦਿਖਾਇਆ ਹੋਵੇ ਤੁਸੀਂ ਵੀ ਮਾਫ਼ੀ ਮੰਗ ਲੈਣਾ ਜਾ ਕੇ ਸ਼ੁਕਰਾਨਾ ਕਰ ਦੇਣਾ ਜੇ ਕਿਸੇ ਨੇ ਭਲਾ ਕੀਤਾ ਹੋਵੇ ਜ਼ਿੰਦਗੀ ਬਹੁਤ ਛੋਟੀ ਹੈ ਪਤਾ ਨਹੀਂ ਕਦੋਂ ਕਦੋਂ ਹੱਸਦੇ ਖੇਡਦੇ ਪਟਾਕਾ ਪੈ ਜੇ ਪਰ ਸੀਰੀਅਸ ਨਾ ਹੋ ਕੇ ਇੰਨੇ ਕਹਾਂਗੇ ਕਿ ਫਿਲਮ ਬਹੁਤ ਅੱਛੀ ਹੈ ਆਪਣੇ ਘਰਾਂ ਦੇ ਵਿੱਚ ਕੋਈ ਵੀ ਵਿਗਾੜ ਨਾ ਹੋਵੇ ਇਹੀ ਅਰਦਾਸ ਕਰੀਏ ਕਿ ਆਪਣੇ ਘਰਾਂ ਦੇ ਵਿੱਚ ਮੋਹ ਪਿਆਰ ਮੁਹੱਬਤ ਬਣੀ ਰਹੇ ਸਾਰੇ ਜੁੜੇ ਰਹੀਏ ਥੈਂਕ ਯੂ ਵੈਰੀ ਮੱਚ ਸਾਡਾ ਇੱਕ ਬਹੁਤ ਅੱਛਾ ਸਾਥੀ ਸੀਗਾ ਫਿਲਮ ਦੇ ਵਿੱਚ ਮੇਕਅਪ ਮੈਂ ਮੇਰੇ ਨਾਲ ਬਹੁਤ ਸਾਂਝ ਪਈ ਉਹਨਾਂ ਦੀ ਤੇ ਉਹਨੇ ਮੇਰੇ ਬੁੱਲ ਬਹੁਤ ਫਟ ਜਾਂਦੇ ਸੀ ਉੱਥੇ ਠੰਡ ਬਹੁਤ ਪੈ ਰਹੀ ਸੀ ਉਹਨੇ ਮੈਨੂੰ ਇੱਕ ਅਲੱਗ ਲਿਪ ਬਾਮ ਦਿੱਤਾ ਕਹਿੰਦਾ ਇਹ ਲਾਗਾ ਲੈ ਕਰੋ ਮੈਂ 3 ਦਿਨਾਂ ਲਈ ਘਰੇ ਗਿਆ ਸੀ ਛੁੱਟੀ ਦੇ ਉੱਤੇ ਮੈਂ 3 ਦਿਨਾਂ ਬਾਅਦ ਕੈਲਗਰੀ ਆਉਣਾ ਸੀ ਉਹਨੂੰ 3 ਦਿਨਾਂ ਦੇ ਵਿੱਚ ਹੀ ਉਹ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਉੱਥੋਂ ਚਲਾ ਗਿਆ ਅਚਾਨਕ ਉਹਨੂੰ ਅਟੈਕ ਆਇਆ ਸੋ ਪਤਾ ਨਹੀਂ ਲੱਗਦਾ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ ਮੈਂ ਆਪਣੇ ਵੱਲੋਂ ਆਪਣਾ ਸਾਰਾ ਕੰਮ ਉਸ ਮੇਕਅਪ ਆਰਟਿਸਟ ਨੂੰ ਸਮਰਪਿਤ ਕਰਦਾ ਇਹ ਫਿਲਮ ਦਾ ਕਿ ਉਹਨੇ ਮੈਨੂੰ ਬਹੁਤ ਖੁਸ਼ੀਆਂ ਦਿੱਤੀਆਂ ਮੇਰਾ ਬਹੁਤ ਜੀ ਲਵਾਉਂਦਾ ਸੀ ਸੋ ਜ਼ਿੰਦਗੀ ਬਹੁਤ ਛੋਟੀ ਹੈ ਜੇ ਕਿਸੇ ਨਾਲ ਗਿਲੇ ਸ਼ਿਕਵੇ ਨੇ ਅਸੀਂ ਕਿਸੇ ਦਾ ਦਿਲ ਦੁਖਾਇਆ ਮੈਂ ਇੱਥੋਂ ਮਾਫ਼ੀ ਮੰਗਦਾ ਜੇ ਤੁਸੀਂ ਕਿਸੇ ਦਾ ਦਿਖਾਇਆ ਹੋਵੇ ਤੁਸੀਂ ਵੀ ਮਾਫ਼ੀ ਮੰਗ ਲੈਣਾ ਜਾ ਕੇ ਸ਼ੁਕਰਾਨਾ ਕਰ ਦੇਣਾ ਜੇ ਕਿਸੇ ਨੇ ਭਲਾ ਕੀਤਾ ਹੋਵੇ ਜ਼ਿੰਦਗੀ ਬਹੁਤ ਛੋਟੀ ਹੈ ਪਤਾ ਨਹੀਂ ਕਦੋਂ ਕਦੋਂ ਹੱਸਦੇ ਖੇਡਦੇ ਪਟਾਕਾ ਪੈ ਜੇ ਪਰ ਸੀਰੀਅਸ ਨਾ ਹੋ ਕੇ ਇੰਨੇ ਕਹਾਂਗੇ ਕਿ ਫਿਲਮ ਬਹੁਤ ਅੱਛੀ ਹੈ ਆਪਣੇ ਘਰਾਂ ਦੇ ਵਿੱਚ ਕੋਈ ਵੀ ਵਿਗਾੜ ਨਾ ਹੋਵੇ ਇਹੀ ਅਰਦਾਸ ਕਰੀਏ ਕਿ ਆਪਣੇ ਘਰਾਂ ਦੇ ਵਿੱਚ ਮੋਹ ਪਿਆਰ ਮੁਹੱਬਤ ਬਣੀ ਰਹੇ ਸਾਰੇ ਜੁੜੇ ਰਹੀਏ ਥੈਂਕ ਯੂ ਵੈਰੀ ਮੱਚ ਸਾਡਾ ਇੱਕ ਬਹੁਤ ਅੱਛਾ ਸਾਥੀ ਸੀਗਾ ਫਿਲਮ ਦੇ ਵਿੱਚ ਮੇਕਅਪ ਮੈਂ ਮੇਰੇ ਨਾਲ ਬਹੁਤ ਸਾਂਝ ਪਈ ਉਹਨਾਂ ਦੀ ਤੇ ਉਹਨੇ ਮੇਰੇ ਬੁੱਲ ਬਹੁਤ ਫਟ ਜਾਂਦੇ ਸੀ ਉੱਥੇ ਠੰਡ ਬਹੁਤ ਪੈ ਰਹੀ ਸੀ ਉਹਨੇ ਮੈਨੂੰ ਇੱਕ ਅਲੱਗ ਲਿਪ ਬਾਮ ਦਿੱਤਾ ਕਹਿੰਦਾ ਇਹ ਲਾਗਾ ਲੈ ਕਰੋ ਮੈਂ 3 ਦਿਨਾਂ ਲਈ ਘਰੇ ਗਿਆ ਸੀ ਛੁੱਟੀ ਦੇ ਉੱਤੇ ਮੈਂ 3 ਦਿਨਾਂ ਬਾਅਦ ਕੈਲਗਰੀ ਆਉਣਾ ਸੀ ਉਹਨੂੰ 3 ਦਿਨਾਂ ਦੇ ਵਿੱਚ ਹੀ ਉਹ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਉੱਥੋਂ ਚਲਾ ਗਿਆ ਅਚਾਨਕ ਉਹਨੂੰ ਅਟੈਕ ਆਇਆ ਸੋ ਪਤਾ ਨਹੀਂ ਲੱਗਦਾ ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ ਮੈਂ ਆਪਣੇ ਵੱਲੋਂ ਆਪਣਾ ਸਾਰਾ ਕੰਮ ਉਸ ਮੇਕਅਪ ਆਰਟਿਸਟ ਨੂੰ ਸਮਰਪਿਤ ਕਰਦਾ ਇਹ ਫਿਲਮ ਦਾ ਕਿ ਉਹਨੇ ਮੈਨੂੰ ਬਹੁਤ ਖੁਸ਼ੀਆਂ ਦਿੱਤੀਆਂ ਮੇਰਾ ਬਹੁਤ ਜੀ ਲਵਾਉਂਦਾ ਸੀ ਸੋ ਜ਼ਿੰਦਗੀ ਬਹੁਤ ਛੋਟੀ ਹੈ ਜੇ ਕਿਸੇ ਨਾਲ ਗਿਲੇ ਸ਼ਿਕਵੇ ਨੇ ਅਸੀਂ ਕਿਸੇ ਦਾ ਦਿਲ ਦੁਖਾਇਆ ਮੈਂ ਇੱਥੋਂ ਮਾਫ਼ੀ ਮੰਗਦਾ ਜੇ ਤੁਸੀਂ ਕਿਸੇ ਦਾ ਦਿਖਾਇਆ ਹੋਵੇ ਤੁਸੀਂ ਵੀ ਮਾਫ਼ੀ ਮੰਗ ਲੈਣਾ ਜਾ ਕੇ ਸ਼ੁਕਰਾਨਾ ਕਰ ਦੇਣਾ ਜੇ ਕਿਸੇ ਨੇ ਭਲਾ ਕੀਤਾ ਹੋਵੇ ਜ਼ਿੰਦਗੀ ਬਹੁਤ ਛੋਟੀ ਹੈ ਪਤਾ ਨਹੀਂ ਕਦੋਂ ਕਦੋਂ ਹੱਸਦੇ ਖੇਡਦੇ ਪਟਾਕਾ ਪੈ ਜੇ ਪਰ ਸੀਰੀਅਸ ਨਾ ਹੋ ਕੇ ਇੰਨੇ ਕਹਾਂਗੇ ਕਿ ਫਿਲਮ ਬਹੁਤ ਅੱਛੀ ਹੈ ਆਪਣੇ ਘਰਾਂ ਦੇ ਵਿੱਚ ਕੋਈ ਵੀ ਵਿਗਾੜ ਨਾ ਹੋਵੇ ਇਹੀ ਅਰਦਾਸ ਕਰੀਏ ਕਿ ਆਪਣੇ ਘਰਾਂ ਦੇ ਵਿੱਚ ਮੋਹ ਪਿਆਰ ਮੁਹੱਬਤ ਬਣੀ ਰਹੇ ਸਾਰੇ ਜੁੜੇ ਰਹੀਏ ਥੈਂਕ ਯੂ ਵੈਰੀ ਮੱਚ